السلام علیکم دوستوں، یہ ویڈیو دکھا رہا ہوں، آپ اس پہ غور کریں کہ ہمارا معاشرہ کہاں پہ کھڑا ہوا ہے۔ اسی ویلے ناروے دے وچ تے گھومدے کماندے جنگلاں دے وچ پہاڑاں دے وچ ہوندے ہوندے نا، تے اسی واش روم لئی اتھے رکے ساں، تے مینوں ویکھ کے بڑی حیرانی ہوئی۔ شاید یورپ، کینیڈا، امریکہ چ رہن والے لوکاں واسطے کوئی گل نہ ہوئے، لیکن ساڈے واسطے بڑی وڈی گل ہے کہ اسی واش روم واسطے رکے ہیں۔ تاں میں ایک ڈبہ جا ویکھ رہا، پتہ نہیں کاہ دا ڈبہ، تے پتہ لگا اس وچ شہد گیا ہویا ہے، تے شہد ہی کوئی ڈفرنٹ ٹائپ دا شہد ہے۔ ਅਤੇ ਆਪਾਂ ਵੇਖ ਕੇ ਤਾਂ ਪਹਿਲੇ ਹੈਰਾਨ ਹੋਏ, ਲੇਕਿਨ ਬਾਅਦ 'ਚ ਪਤਾ ਲੱਗਾ ਕਿ ਯਾਰ ਇਹ ਸ਼ਹਿਰ ਜਿਹੜਾ ਹੈ 100 ਕਰੋਨੇ ਦਾ 10 ਯੂਰੋ ਦਾ ਹੈ, ਅਤੇ ਤੁਸੀਂ ਤੁਹਾਨੂੰ ਜਿਹੜਾ ਚਾਹੀਦਾ ਉਹ ਫੜ ਕੇ ਲੈ ਜਾਓ ਅਤੇ ਪੇਪਾਲ ਕਰ ਦਿਓ ਇਸ ਅਕਾਊਂਟ 'ਤੇ। ਇੱਥੇ ਗੱਲ ਤੱਕ ਤਾਂ ਠੀਕ ਸੀ, ਸਮਝ ਆਉਂਦੀ ਸੀ, ਲੇਕਿਨ ਮੈਂ ਬੜਾ ਹੈਰਾਨ ਹੋਇਆ। ਲਾਗੇ ਲਾਗੇ ਵੇਖੋ ਬਿਆਬਾਨ, ਨਾ ਕੋਈ ਬੰਦਾ, ਨਾ ਕੋਈ ਬੰਦੇ ਦੀ ਜ਼ਾਤ, ਨਾ ਕੋਈ ਕੈਮਰਾ, ਨਾ ਕੁਛ ਨਾ ਕੁਛ। ਫਿਰ ਵੀ ਉਹ ਬੰਦੇ ਨੇ ਵੇਖੋ ਕਿਸ ਤਰੀਕੇ ਨਾਲ ਉਹਨੂੰ ਵੇਚ ਰਿਹਾ। ਇਹਦਾ ਮਤਲਬ ਇਹ ਹੁਣ ਸੋਚਣ 'ਤੇ ਆਪਾਂ ਮਜਬੂਰ ਹੋ ਜਾਂਦੇ ਹਾਂ ਕਿ ਜੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੇ ਲੋਕਾਂ ਨੇ ਕੂਲਰ ਲਾਏ ਨੇ, ਕੂਲਰ ਦੇ ਨਾਲ ਗਲਾਸ ਟੰਗੇ ਹੋਏ ਆ ਜੰਜੀਰਾਂ ਦੇ ਨਾਲ। ਅਤੇ ਅਗਰ ਹੋਰ ਡੀਪਲੀ ਦੱਸਦਾ ਤਾਂ ਲੋਟੇ ਤੱਕ ਲੋਕਾਂ ਨੇ ਟੂਟੀਆਂ ਦੇ ਨਾਲ ਬੰਨੇ ਹੋਏ ਨੇ। ਅਤੇ ਜੇ ਮੈਂ ਇੰਡੀਆ ਦੀ ਗੱਲ ਕਰਾਂ ਤਾਂ ਮਾਫ਼ ਕਰਨਾ, ਗੁਰਦੁਆਰਿਆਂ 'ਚ ਵੀ ਕੈਮਰੇ ਲੱਗ ਚੁੱਕੇ ਨੇ। ਅਤੇ ਗੱਲ ਕਰਨ ਦਾ ਮਕਸਦ ਇਹ ਕਿ ਅਸੀਂ ਤਾਂ ਧਾਰਮਿਕ ਤਾਂ ਹੋ ਗਏ ਹਾਂ, ਸਿੱਖ, ਮੁਸਲਮਾਨ, ਹਿੰਦੂ, ਈਸਾਈ ਤਾਂ ਆਪਾਂ ਬਣ ਗਏ ਹਾਂ, ਲੇਕਿਨ ਅਸੀਂ ਇਨਸਾਨ ਨਹੀਂ ਬਣੇ। ਅਤੇ ਜੇ ਇਨਸਾਨਾਂ ਦੀ ਸਾਨੂੰ ਮਿਸਾਲ ਦੇਣੀ ਪਏਗੀ ਤਾਂ ਸਾਨੂੰ ਯੂਰੋਪ ਆਉਣਾ ਪਏਗਾ। ਸੋ ਇਹਨਾਂ ਲੋਕਾਂ ਨੂੰ ਸਿਰਫ ਨੰਗੇ ਨਾ ਵੇਖੋ, ਇਹਨਾਂ ਦੀ ਇਹ ਇਮਾਨਦਾਰੀਆਂ ਵੀ ਜ਼ਰੂਰ ਵੇਖੋ। ਅਤੇ ਮੈਂ ਟੂ ਯੂ ਵੈਰੀ ਫਰੈਂਕ, ਮੈਂ ਬਹੁਤ ਹੈਰਾਨ ਹਾਂ ਕਿ ਯਾਰ ਇਹਨਾਂ ਲੋਕਾਂ 'ਚ ਇੰਨੀ ਇਮਾਨਦਾਰੀ ਹੋ ਸਕਦੀ ਹੈ। ਬਾਕੀ ਜਿਹੜੇ ਮੇਰੇ ਜੁੱਤੀਆਂ ਨਾ ਆਉਣ ਵਿੱਚ, ਅੱਛਾ ਮੈਂ ਚੱਪਲ ਪਾਈਆਂ ਹੋਈਆਂ ਨੇ, ਉਹ ਨਾ ਆਵੇ।